ਓ ਨਿੰਦੀ ਹਾਂ ਚਾਚਾ ਜੀ ਓ ਦੇਖ ਕੇ ਆ ਤੇਰਾ ਫੁੱਫੜ ਕਿੱਥੇ ਆ ਓ ਬਰਾਤ ਬੂਹੇ ਤੇ ਆਈ ਖੜੀ ਆ ਓ ਪਹਿਲੇ ਹੀ ਇੰਨੇ ਸਾਲਾਂ ਬਾਅਦ ਤੇਰੇ ਫੁੱਫੜ ਨੂੰ ਮਨਾਮ ਨੂੰ ਕੇ ਲਿਆਂਦਾ ਵਾ ਜਾਂ ਦੇਖ ਕੇ ਆ ਕਿੱਥੇ ਆ ਇੱਕ ਮਿੰਟ ਵੇਖ ਕੇ ਆਈ ਚਾਚਾ ਜੀ ਫੁੱਫੜ ਜੀ ਪਤਾ ਨਹੀਂ ਕਿੱਥੇ ਆ ਬਰਾਤ ਬੂਹੇ ਤੇ ਆਈ ਖੜੀ ਆ ਨਹੀਂ ਮਾਸੀ ਫੁੱਫੜ ਜੀ ਨੂੰ ਨਹੀਂ ਵੇਖਿਆ ਨਾ ਕੁੜੇ ਮੈਨੂੰ ਤਾਂ ਆਪਣਾ ਘਰ ਵਾਲਾ ਨਹੀਂ ਲੱਭਦਾ ਜਾ ਨਹੀਂ ਭੈਣੇ ਤੂੰ ਆਪਣੇ ਘਰ ਵਾਲਾ ਲੱਭ ਲੈ ਫੁੱਫੜ ਜੀ ਨੂੰ ਤਾਂ ਮੈਂ ਆਪੇ ਲੱਭ ਲੂ ਕਿੰਨੇ ਸਾਲਾਂ ਬਾਅਦ ਫੁੱਫੜ ਜੀ ਨੂੰ ਮਨਾ ਕੇ ਲੈ ਕੇ ਆਉਂਦਾ ਸੀ ਹੁਣ ਫੇਰ ਪਤਾ ਨਹੀਂ ਕਿੱਥੇ ਚਲੇ ਗਏ ਨੇ ਬਰਾਤ ਬੂਹੇ 'ਚ ਆਈ ਖੜੀ ਆ ਚੱਲ ਇੱਧਰ ਦੇਖਦੀ ਹਾਂ ਫੁੱਫੜ ਜੀ ਤੁਸੀਂ ਇੱਥੇ ਬੈਠੇ ਹੋ ਬਰਾਤ ਦਰਾਂ 'ਤੇ ਖੜੀ ਆ ਬਰਾਤ ਦਾ ਸਵਾਗਤ ਨਹੀਂ ਕਰਨਾ ਰਾਤ ਦਾ ਇਹੋ ਜਿਹਾ ਸਵਾਗਤ ਹੋਊਗਾ ਕਿ 25 ਪਿੰਡਾਂ ਤੱਕ ਲੋਕੀ ਯਾਦ ਰੱਖਣਗੇ ਲੋ ਬਰਾਤ ਆ ਗਈ ਸਤਿ ਸ਼੍ਰੀ ਅਕਾਲ ਜੀ ਆਇਆਂ देख लिया जट्टा तेरी भी कोई जबान नहीं तू तो कहिंदा सी कि बख्तावर दे खानदान च मैं रिश्ता ही नहीं करना आ खड़ा ना फिर मेरे दर ते ਭੀਖ ਮੰਗਣ ਲਈ ਤੇਰੇ ਖਾਨਦਾਨ ਚ ਤੂੰ ਇਹਨਾਂ ਦਾ ਕੀ ਲੱਗਦਾ ਮੇਰਾ ਤਾਂ ਤੈਨੂੰ ਉਦੋਂ ਪਤਾ ਲੱਗੂ ਜਦ ਬਰਾਤ ਬਰੰਗ ਚਿੱਠੀ ਵਾਂਗੂ ਵਾਪਸ ਮੰਗੀ ਵੈਸੇ ਰਿਸ਼ਤੇ ਚ ਮੈਂ ਕੁੜੀ ਦਾ ਫੁੱਫੜ ਲੱਗਦਾ ਤੇ ਉਹ ਮੇਰੀ ਭਤੀਜੀ ਲੱਗਦੀ ਹੈ ਤੇ ਤੂੰ ਕੀ ਸੋਚਦਾ ਤੇਰੀ ਭਤੀਜੀ ਦੇ ਰਿਸ਼ਤੇ ਵਾਸਤੇ ਮੈਂ ਤੇਰੇ ਅੱਗੇ ਹੱਥ ਅੱਡੂੰਗਾ ਗਿੜ ਗੜਾਊਂਗਾ ਤੇਰੇ ਅੱਗੇ ਆਏ ਮੰਨਿਆ ਕਈ ਵਾਰੀ ਹਾਲਾਤ ਬੰਦੇ ਨੂੰ ਉੱਥੇ ਖੜਾ ਕਰ ਦਿੰਦੇ ਐ ਜੋ ਕਦੇ ਸੋਚਿਆ ਵੀ ਨਹੀਂ ਹੁੰਦਾ ਜੇ ਰਿਸ਼ਤਾ ਤੈਨੂੰ ਕਬੂਲ ਨਹੀਂ ਜੱਟਾ ਤਾਂ ਸਾਨੂੰ ਵੀ ਕਬੂਲ ਨਹੀਂ ਓਏ ਰੱਖ ਆਪਣੀ ਭਤੀਜੀ ਨੂੰ ਆਪਣੇ ਘਰ ਚਲੋ ਓਏ ਚੱਲੀਏ ਮੈਨੂੰ ਲੱਗਦਾ ਮੇਰਾ ਵਿਆਹ ਤਾਂ ਨਹੀਂ ਪੂਰਾ ਚੜ੍ਹਨ ਦਿੰਦੇ ਤੈਨੂੰ ਤਾਂ ਕੁੜੀ ਦਾ ਕਿਰਾਇਆ ਵੀ ਫਾਲਤੂ ਹੀ ਪਿਆ ਨਾਲੇ ਮੇਰਾ ਨੁਕਸਾਨ ਕਰਾਤਾ ਦੋ ਸੂਟ ਇਹਨੂੰ ਲੈ ਕੇ ਦੇਣੇ ਪਏ ਤੇਰੀ ਬਰਾਤ ਵਾਸਤੇ ਸੂਟ ਤਾਂ ਇੱਕ ਲੈ ਕੇ ਦਿੱਤਾ ਕੱਪੜਾ ਤਾਂ ਦੋ ਸੂਟਾਂ ਦਾ ਹੀ ਲੱਗਿਆ ਯਾਰ ਹੁਣ ਮੈਂ ਕੀ ਕਰਾਂ ਸਬਰ ਹੀ ਕਰ ਭਰਾਵਾ